स्वागत है तुहाडा एकता लहर न्यूज़ दे विच। तुसी देख रहे हो एकता लहर न्यूज़। करोना दे वधे होए मामले, करोना दे वधे होए मामले जिथे प्रशासन सख्त हो चुका आ। शाम नूं जिहड़ा 9 बजे तो लैके सवेर दे 5 बजे तक करफ्यू लग चुका आ। मास्क दे चरान हो रहे ने। कुछ समाजिक संस्थावां, समाजिक सेवी संस्थावां जिहड़ियां मेरे पिछे खड़ियां ने, अज मास्क वंड रहे ने। बहुत अच्छा उपराला आ। कुछ मेरे वीर भरा गरीब जिहड़े ने ਉਹ ਮਾਸਕ ਦਾ ਜਿਹੜਾ ਜੁਰਮਾਨਾ ਨਹੀਂ ਦੇ ਸਕਦੇ, ਇਸ ਦੇ ਕਰਕੇ ਕੁਛ ਮੇਰੇ ਵੀਰ ਇੱਥੇ ਮਾਸਕ ਵੰਡਦੇ ਨੇ। ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਸਰ? ਮੇਰਾ ਸੁਖਦੇਵ ਸਿੰਘ ਸੰਧੂ, ਐਡਵੋਕੇਟ ਨਕੋਦਰਿਆ ਜੀ। ਹਾਂ, ਕਿਉਂਕਿ ਹੁਣ ਕਰੋਨੇ ਦੀ ਬਿਮਾਰੀ ਬਹੁਤ ਵੱਧ ਚੁੱਕੀ ਆ, ਖਾਸ ਕਰਕੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਤਾਂ ਇਸਦਾ ਅਸਰ ਬਹੁਤ ਜ਼ਿਆਦਾ ਹੈ। ਇਸ ਕਰਕੇ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਬਿਮਾਰੀ ਨੂੰ ਠੱਲ ਪਾਉਣ ਲਈ ਅਤੇ ਮੇਰੇ ਨਾਲ ਜਸਵੀਰ ਸਿੰਘ ਜੀ ਉੱਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਹਨ, ਅਤੇ ਇੱਧਰ ਸਾਡੇ ਗੁਰਪ੍ਰੀਤ ਸਿੰਘ ਗੋਪੀ ਸੰਧੂ ਜਿਹੜੇ ਇਹ ਵੀ ਹੁਣ MC ਸਿਲੈਕਟ ਹੋਏ ਆ, ਇਲੈਕਟ ਹੋਏ ਆ, ਅਤੇ ਇਹਨਾਂ ਨਾਲ ਸਾਰਿਆਂ ਨਾਲ ਕੋਪਰੇਸ਼ਨ ਦੇ ਨਾਲ ਸੰਸਥਾਵਾਂ ਨਾਲ ਅਸੀਂ ਗੌਰਮੈਂਟ ਪੰਜਾਬ ਗੌਰਮੈਂਟ ਦੀਆਂ ਜੋ ਪਾਲਿਸੀਆਂ ਉਹਨਾਂ ਨੂੰ ਲਾਗੂ ਕਰਨ ਲਈ, ਲੋਕਾਂ ਦੇ ਸਹਿਯੋਗ ਦੇ ਨਾਲ ਲਾਗੂ ਕਰਨ ਲਈ ਕਰੋਨਾ ਨੂੰ ਠੱਲ ਪਾਉਣ ਲਈ ਅਸੀਂ ਸਾਰੇ ਅੱਜ ਮਾਸਕ ਬਣ ਰਹੇ ਹਾਂ ਪਬਲਿਕ ਦੇ ਵਿੱਚ, ਤਾਂ ਕਿ ਲੋਕਾਂ ਨੂੰ ਇਹਨਾਂ ਤੋਂ ਜਾਗਰੂਕ ਕਰਾਇਆ ਜਾ ਸਕੇ ਅਤੇ ਇਸ ਬਿਮਾਰੀ ਨੂੰ ਠੱਲ ਪਾਈ ਜਾ ਸਕੇ। ਥੈਂਕ ਯੂ। ਬਹੁਤ ਵਧੀਆ ਉਪਰਾਲਾ ਜੀ। ਹੋਰ ਸੱਜਣ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਸਰ ਜੀ? ਜਸਵੀਰ ਸਿੰਘ ਉੱਪਲ ਜੀ। ਸਾਹਿਬ, ਇੱਕ ਉਪਰਾਲਾ ਕਰ ਰਹੇ ਹੋ, ਕੀ ਉਪਰਾਲਾ? ਇਹ ਉਪਰਾਲਾ ਜਿਹੜਾ ਸਾਡਾ ਲਗਭਗ ਪਿਛਲੇ ਸਾਲ ਅੱਜ ਦੀ ਹੀ ਡੇਟ ਤੋਂ ਆਰੰਭ ਹੋਇਆ ਸੀ ਕਿ ਜਿਹੜਾ ਇਹ ਕਰੋਨਾ ਮਹਾਂਮਾਰੀ ਜੋ ਲੋਕਡਾਊਨ ਹੋਇਆ ਸੀ, ਅੱਜ ਤੋਂ 2 ਦਿਨ ਬਾਅਦ ਹੋਇਆ ਸੀ, ਪੰਜਾਬ ਸਰਕਾਰ ਨੇ ਕੀਤਾ ਸੀ। ਔਰ ਉਦੋਂ ਵੀ ਅਸੀਂ ਉੱਦਮ ਕੀਤਾ ਸਾਰੇ ਭਰਾਵਾਂ ਸਹਿਯੋਗ ਨਾਲ, ਅਤੇ ਜੋ ਅਸੀਂ ਮਾਸਕ ਵਗੈਰਾ ਵੰਡੇ ਸੀ ਉਸ ਟਾਈਮ, ਜੋ ਸਰਕਾਰ ਦੀਆਂ ਜੋ ਹਦਾਇਤਾਂ ਸੀ ਲੋਕਾਂ ਨੂੰ ਜਾਗਰੂਕ ਕੀਤਾ ਸੀ ਉਹਦੇ ਬਾਰੇ। ਔਰ ਅੱਜ ਸਾਡੇ ਗੁਰਪ੍ਰੀਤ ਜੀ ਸੰਧੂ ਜੀ ਜਿਹੜੇ ਸਾਡੇ ਕੌਂਸਲ ਬਣੇ ਨੇ ਸਾਡੇ ਹਲਕੇ 2 ਨੰਬਰ 'ਚੋਂ, ਔਰ ਸਾਡੇ ਸੁਖਦੇਵ ਸਿੰਘ ਸੰਧੂ ਐਡਵੋਕੇਟ ਨੇ, ਡਾਕਟਰ ਟੰਡਨ ਸ੍ਰੀ ਟੰਡਨ ਨੇ, ਐਕਸ ਕੌਂਸਲ ਨੇ, ਬੜਾ ਉੱਦਮ SDM ਸਾਹਿਬ ਪਹੁੰਚ ਰਹੇ ਆ ਔਰ ਲੋਕਾਂ ਨੂੰ ਜੋ ਸਰਕਾਰ ਦੀਆਂ ਗਾਈਡਲਾਈਨਾਂ ਆ, DC ਸਾਹਿਬ ਦੇ ਹੁਕਮ ਨੇ, ਔਰ ਸਾਡਾ ਜੋ ਜਲੰਧਰ ਜ਼ਿਲ੍ਹਾ ਇਹਨਾਂ ਨੇ ਬਹੁਤ ਜ਼ਿਆਦਾ ਜੋ ਰੱਖਿਆ ਹੈ ਉੱਪਰ ਕਿ ਕਰੋਨਾ ਮਹਾਂਮਾਰੀ ਦੇ ਵਿੱਚ ਅੱਗੇ ਆ ਰਿਹਾ, ਉਹਦੇ ਸੰਬੰਧ ਜੋ DC ਸਾਹਿਬ ਦੀਆਂ ਹਦਾਇਤਾਂ ਕਿ ਰਾਤ ਦੇ 9 ਵਜੇ 'ਤੇ ਕਰਫਿਊ ਅਤੇ ਸਵੇਰ ਦੇ 5 ਵਜੇ 'ਤੇ, ਅਸੀਂ ਲੋਕਾਂ ਨੂੰ ਪੁਰਜ ਅਪੀਲ ਕਰਦੇ ਹਾਂ ਕਿ ਇਹ ਸਰਕਾਰ ਦੀਆਂ ਹਦਾਇਤਾਂ ਇਹ ਆਪਣੇ ਵਾਸਤੇ ਹੀ ਆ ਸਾਰਾ ਕੁਛ, ਨਾ ਕਿ ਲੋਕਾਂ ਵਾਸਤੇ। ਇਹ ਆਪਣੀ ਸਿਹਤ ਸਾਰੀ ਜੇ ਆਪਾਂ ਇਕੱਲੇ ਨੂੰ ਜਾਗਰੂਕ ਕਰਾਂਗੇ ਔਰ ਗਾਂਹ ਲੋਕ 5 ਬੰਦਿਆਂ ਨੂੰ ਜਾਗਰੂਕ ਕਰਨ, ਇਸ ਸੰਬੰਧ ਵਿੱਚ ਅੱਜ ਜੋ ਇਹ ਸਾਡੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਔਰ ਸਾਰੇ ਸਾਥੀਆਂ ਨਾਲ ਜੋ ਕਰ ਰਹੇ ਹਾਂ, ਇਹ ਵੱਡਾ ਉਪਰਾਲਾ SDM ਸਾਹਿਬ ਆ ਰਿਹਾ, 5 ਮਿੰਟ ਪਹੁੰਚ ਰਿਹਾ, ਔਰ ਇਹਦਾ ਲੋਕਾਂ ਨੂੰ ਚਾਹੀਦਾ ਕਿ ਆਪਣੇ ਆਪ ਹੀ ਜਿਹੜਾ ਇਹ ਡਿਸਟੈਂਸ ਰੱਖਣ ਔਰ ਮਾਸਕ ਪਹਿਨਣ, ਇਹਦਾ ਇਲਾਜ ਹੀ ਆ। ਅੱਜ ਤਾਂ ਇਹਦਾ ਕੋਵਿਡ ਵੈਕਸੀਨ ਵੀ ਸ਼ੁਰੂ ਹੋ ਗਈ ਆ, ਪਰ ਇਹਦਾ ਇਮੀਜੀਏਟ ਇਲਾਜ ਆ, ਤੁਸੀਂ ਮਾਸਕ ਪਹਿਨਣਾ ਬੜਾ ਜ਼ਰੂਰੀ ਆ, ਇਸ ਕਰਕੇ ਕਰਦੇ ਜੀ। ਮੈਂ ਲਾਇਨਸ ਕਲੱਬ ਨਕੋਦਰ ਗ੍ਰੇਟਰ ਦੀ ਰਿਪ੍ਰੈਜੈਂਟੇਸ਼ਨ ਕਰ ਰਿਹਾ ਹਾਂ, ਜੋ ਜਸਵੀਰ ਸਿੰਘ ਉੱਪਲ ਜੀ ਨੇ ਕਿਹਾ, ਮੈਂ ਉਹਨੂੰ ਐਂਡੋਰਸ ਕਰਦਾ ਹਾਂ। ਕੋਵਿਡ ਜਿਹੜਾ 19 ਹੈ, ਇਹਦੀ ਦੂਸਰੀ ਜਿਹੜੀ ਹੈ ਉਹ ਲਹਿਰ ਆ ਚੁੱਕੀ ਹੈ, ਔਰ ਸਾਨੂੰ ਸਾਰਿਆਂ ਨੂੰ ਇਹ ਜ਼ਰੂਰੀ ਹੈ ਕਿ ਜੋ ਵੀ ਹਦਾਇਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਜਾਂ WHO ਵੱਲੋਂ ਦਿੱਤੀ ਜਾਂਦੀਆਂ ਨੇ, ਉਹ ਸਾਨੂੰ ਉਸਦਾ ਅਨੁਰੂਪ ਕਰਨਾ ਚਾਹੀਦਾ ਹੈ। ਅਸੀਂ ਸਾਰੇ ਪੜ੍ਹੇ ਲਿਖੇ ਵਰਗ ਨੂੰ ਰਿਪ੍ਰੈਜੈਂਟ ਕਰਦੇ ਹਾਂ, ਔਰ ਸਾਨੂੰ ਆਪਣੇ ਸ਼ਹਿਰ ਵਿੱਚ ਇਸ ਤੋਂ ਡਰਨਾ ਨਹੀਂ ਚਾਹੀਦਾ, ਬਲਕਿ ਲੋਕਾਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ। ਜੋ ਲੋਕ ਮਾਸਕ ਦੀ ਅਹਿਮੀਅਤ ਨਹੀਂ ਸਮਝਦੇ, ਸਾਡਾ ਫਰਜ਼ ਹੈ ਕਿ ਅਸੀਂ ਇਸ ਤਰ੍ਹਾਂ ਜਿੱਦਾਂ ਅੱਜ ਇਹ ਪਬਲਿਕ ਵਿੱਚ ਆ ਕੇ ਇਸ ਦਾ ਸੁਨੇਹਾ ਦਿੱਤਾ ਹੈ, ਇਹ ਸੁਨੇਹਾ ਅਸੀਂ ਸਾਰੇ ਲੋਕਾਂ ਨੂੰ ਦਈਏ। ਸਾਡੇ ਵਿੱਚ ਸਾਡੇ ਕੋਲ ਸਾਡੇ ਸ਼ਹਿਰ ਦੇ IS ਆਫਿਸਰ ਜਿਹੜੇ ਆ, ਸਾਡੇ SDM ਸਾਹਿਬ ਨੇ, ਉਹ ਆ ਚੁੱਕੇ ਨੇ, ਔਰ ਇਹ ਜਿਹੜੀ ਮੁਹਿੰਮ ਅਸੀਂ ਸ਼ੁਰੂ ਕੀਤੀ ਆ, ਅਸੀਂ ਇਹਦੇ ਨਾਲ ਬੜੀ ਬਾਖੂਬੀ ਨਾਲ ਇਸ ਬਿਮਾਰੀ ਨਾਲ ਲੜ ਸਕਦੇ ਹਾਂ। ਇਹ ਸਾਰੇ ਵਿਸ਼ਵ ਵਿੱਚ ਫੈਲੀ ਹੋਈ ਬਿਮਾਰੀ ਹੈ, ਸੈਕਿੰਡ ਵੇਵ ਇਹਦੀ ਆ ਚੁੱਕੀ ਹੈ, ਆਓ ਸਾਰਿਆਂ ਨੂੰ ਜਾਗਰੂਕ ਕਰੀਏ ਔਰ ਸਾਰਿਆਂ ਨੂੰ ਮਾਸਕ ਵੰਡ ਕੇ ਉਹਨਾਂ ਨੂੰ ਆਪਣੇ ਨਾਲ ਲਈਏ। ਧੰਨਵਾਦ। ਮਾਨਯੋਗ SDM ਸਾਹਿਬ ਸਾਡੇ ਨਾਲ ਮੌਜੂਦ ਨੇ, ਗੌਤਮ ਜੈਨ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ, ਜਿਹੜੀ ਕਿ ਕਰੋਨਾ ਬਿਮਾਰੀ ਇੱਕ ਵਾਰ ਫਿਰ ਪੈਰ ਪਸਾਰ ਰਹੀ ਆ, ਉਹਦੇ ਬਾਰੇ ਗੱਲਬਾਤ ਕਰਾਂਗੇ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਸਾਰੇ ਸਮੂਹ ਨਕੋਦਰ ਵਾਸੀਆਂ ਵੱਲੋਂ ਅਤੇ ਇਸ ਮੁਹਿੰਮ ਵੱਲੋਂ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਵੱਲੋਂ ਇੱਕ ਮਾਸਕ ਵੰਡਣ ਦੀ ਲਹਿਰ ਚਲਾਈ ਗਈ ਹੈ, ਸੋ ਦੈਟ ਅਸੀਂ ਕੋਵਿਡ ਬਾਰੇ ਵਾਪਸ ਜਾਣਕਾਰੀ ਲੈ ਕੇ ਆ ਸਕੀਏ। ਕੋਵਿਡ ਦੇ ਵਿੱਚ ਜਿਵੇਂ ਕਿ ਲਾਸਟ ਈਅਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਾਰਚ ਦੇ ਵਿੱਚ ਸ਼ੁਰੂ ਹੋਇਆ ਸੀ, ਸੋ ਰਾਈਟ ਨਾਓ ਅਸੀਂ ਵਾਪਸ 1 ਸਾਲ ਬਾਅਦ ਮਾਰਚ ਦੇ ਉਸੇ ਡੇਟਸ ਦੇ ਵਿੱਚੋਂ ਨਿਕਲ ਰਹੇ ਹਾਂ ਜਿੱਥੇ ਕੋਵਿਡ ਵਾਪਸ ਪੀਕ 'ਤੇ ਆਇਆ ਸੀ। ਸੋ ਐਜ਼ ਪਰ ਹੈਲਥ ਡੇਟਾ, ਕੋਵਿਡ ਅਰਾਊਂਡ 2nd ਵੇਵ ਦੀ ਮੈਕਸੀਮਮ ਪੋਜੀਸ਼ਨ ਲੈਣ ਜਾ ਰਿਹਾ ਹੈਗਾ,
सो इस करके राइट नाउ यस्टरडे भी साढ़े बहुत केसिज आए नकोदर दे विच भी अराउंड 20 केसिज पॉजिटिव आए ने इस संबंधी ते होपफुली हुण पिछले साल का एक्सपीरियंस सारिया कोल हैगा कि कोविड दे विच किवें किवें प्रीकॉशन रखने हैं तो इस नूं रिपीट नहीं इस नूं बस हुण वापस असी वापस अपने लाइफ स्टाइल च अपनाइए तो इस कोविड की जिहड़ा सैकेंड वेव है इस तो असी वैक्सीनेशन जिनी हैगी वध तो वध कराइए बिकॉज जिनी भी हेल्थ स्टडीज यही शो कर दिया ने कि वैक्सीनेशन नाल ईवन कोविड होने तो बाद भी बहुत प्रीकॉशन रहिंदा हैगा तो हेल्थ वधिया रहिंदी हैगी ज़्यादा मोर्टैलिटी रेट नहीं आउंदा हैगा सो इस करके वध तो वध लोगों नूं अपील है कि अपना वैक्सीनेशन जरूर कराउन अते सोशली जब भी किते मूव करन वो अपना मास्क ते सैनिटाइजर जरूर वरतो धन्नवाद सर नकोदर निवासियों नूं की संदेश देना चाहुंदा मैसेज की है मैसेज यही हैगा जी नकोदर वासियों कि जी पिछले साल जिमें कोविड वध्या सीगा उस समय लॉकडाउन वगैरह लगाया गया सी ते असी चाहुंदे हां कि इस बार अगर केसिस नूं ट्रेस किया जा रहा है जिमें कल दे टाइम भी केसिस बहुत वधे ते इन केस अगर केसिस वधदे ने ते इस तरीके की वापस वो समय ना आवे इस करके वध तो वध लोगों नूं अपील है कि असी अज तो ही इस संबंधी जानकार हो जाइए ते वध तो वध अपना मास्क वरतीए ताकि सानूं वापस उस सिचुएशन च ना जाना पवे धन्नवाद असी मानयोग SDM साहब कौंसलर साडे नाल मौजूद ने कोरोना महामारी नूं मद्देनज़र अज साडी सारी टीम वल्लों इक उपराला कीता गया कि असी अंबेदकर चौंक विच मास्क वंड रहे हां ते सैनिटाइजर करवा रहे हां क्योंकि कोरोना महामारी एक बार फिर बहुत वध चुकी आ सो सारिआं मूहरे इक बेनती भी करदे हां कि मास्क जरूर पहन के रखण अते सोशल डिस्टेंस मेनटेन करके रखण वेलकम ਟਿੰਗਰਾ ਸਾਹਿਬ ਟਿੰਗਰਾ ਸਾਹਿਬ ਪੰਜਾਬ ਇੱਕ ਬਹੁਤ ਭਿਆਨਕ ਬਿਮਾਰੀ ਤੋਂ ਗੁਜ਼ਰ ਰਿਹਾ ਆ ਅੱਜ ਕਰੋਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲ ਚੁੱਕਾ ਆ ਇਸ ਕਰਕੇ ਸਾਨੂੰ ਇਹ ਤੋਂ ਡਰਨਾ ਵੀ ਚਾਹੀਦਾ ਅਤੇ ਸੁਚੇਤ ਵੀ ਹੋਣਾ ਚਾਹੀਦਾ ਇਹਦੇ ਲਈ ਮੈਂ ਸਿਰਫ ਤਿੰਨ ਗੱਲਾਂ ਕਰਨੀਆਂ ਚਾਹੂੰਗਾ ਸਾਰਿਆਂ ਨਾਲੋਂ ਪਹਿਲਾਂ ਮਾਸਕ ਲਾਉਣਾ ਬਹੁਤ ਜ਼ਰੂਰੀ ਆ ਜਿੰਨਾ ਤੁਹਾਨੂੰ ਮਾਸਕ ਲਾਉਣਾ ਜ਼ਰੂਰੀ ਆ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਸਾਹਮਣੇ ਵਾਲੇ ਦੇ ਮਾਸਕ ਲਗਾਉਣਾ ਚਾਹੀਦਾ ਕਿਉਂਕਿ ਕਰੋਨਾ ਦੇ ਵਾਇਰਸ ਸਾਡੇ ਥੁੱਕ ਵਿੱਚ ਹੁੰਦੇ ਆ ਸਾਹਮਣੇ ਵਾਲੇ ਬੰਦੇ ਦੇ ਮਾਸਕ ਲਗਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ ਸਭ ਤੋਂ ਪਹਿਲਾਂ ਮਾਸਕ ਪਾਓ ਦੂਜਾ ਸੋਸ਼ਲ ਗੈਦਰਿੰਗ ਕੋਈ ਵੀ ਸੋਸ਼ਲ ਗੈਦਰਿੰਗ ਨਹੀਂ ਹੋਣੀ ਚਾਹੀਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਸੋਸ਼ਲ ਗੈਦਰਿੰਗ ਤੋਂ ਆਪਾਂ ਜਿੰਨਾ ਪਰਹੇਜ਼ ਕਰ ਸਕੀਏ ਪੋਸਟਪੋਨ ਕਰ ਸਕੀਏ ਇਹ ਸੈਕੰਡ ਫੇਸ ਆਫ ਕਰੋਨਾ ਆ ਇਹ ਮਾਰਚ ਅਪ੍ਰੈਲ ਮਈ ਤੱਕ ਜਾਊਗਾ ਇਸ ਕਰਕੇ ਆਪਣੇ ਪ੍ਰੋਗਰਾਮ ਪੋਸਟਪੋਨ ਕਰ ਦਿਓ ਜੇ ਕੋਈ ਸੋਸ਼ਲ ਗੈਦਰਿੰਗ ਕਰਨੀ ਆ EO ਸਾਹਿਬ ਦੀ ਮਦਦ ਦੇ ਨਾਲ ਪਹਿਲਾਂ ਉੱਥੇ ਸੈਨੇਟਾਈਜੇਸ਼ਨ ਕਰਾਓ ਸੋਸ਼ਲ ਡਿਸਟੈਂਸਿੰਗ 3 ਫੁੱਟ ਨਹੀਂ 5 ਫੁੱਟ ਦੀ ਰੱਖੋ ਉਸ ਤੋਂ ਬਾਅਦ ਮਾਸਕ ਪਾ ਕੇ ਰੱਖੋ ਤੀਸਰੇ ਨੰਬਰ 'ਤੇ ਕੋਵੈਕਸੀਨੇਸ਼ਨ ਕੋਵੈਕਸੀਨੇਸ਼ਨ ਸਾਡੇ SDM ਸਾਹਿਬ ਸਾਡੇ ਚੇਅਰਮੈਨ ਜਸਵੀਰ ਸਿੰਘ ਉੱਪਲ ਜੀ ਸਾਡੇ ਵਾਰਡ ਦੇ ਕੌਂਸਲਰ ਗੁਰਪ੍ਰੀਤ ਸੰਧੂ ਜੀ SMO ਮੈਡਮ ਭੁਪਿੰਦਰ ਕੌਰ ਜੀ ਬਹੁਤ ਵਧੀਆ ਅਰੇਂਜਮੈਂਟ ਹਸਪੀਟਲ ਦੇ ਵਿੱਚ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਰੋਨਾ ਜਿਹੜਾ ਇੱਕ ਵਾਰ ਫਿਰ ਫੈਲ ਰਿਹਾ ਵਾ ਮਾਸਕ ਵੰਡ ਰਹੇ ਨੇ ਸਾਡੇ SDM ਸਾਹਿਬ ਔਰ ਕੌਂਸਲਰ ਸਾਹਿਬ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਅਸੀਂ ਕੱਲ੍ਹ ਵੀ ਅਸੀਂ ਇੱਦਾਂ ਹੀ ਮੁਹਿੰਮ ਚਲਾਈ ਸੀ ਕਿਉਂਕਿ ਜਿਹੜਾ ਕਰੋਨਾ ਬਹੁਤ ਵੱਧ ਗਿਆ ਹੈ ਅਤੇ ਰਾਤ ਦਾ ਕਰਫਿਊ ਵੀ ਹੋ ਗਿਆ 9 ਤੋਂ 5 ਅਤੇ ਲੋਕਾਂ ਨੂੰ ਮੈਂ ਹਦਾਇਤ ਕਰਨਾ ਚਾਹੂੰਗਾ ਬੇਨਤੀ ਵੀ ਕਰਦਾ ਕਿ ਇਕੱਠੇ ਨਾ ਹੋ ਅਤੇ ਆਪਣੀ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਜ਼ਰੂਰ ਪਹਿਨੋ ਮਾਸਕ ਤੋਂ ਬਿਨਾਂ ਕੋਈ ਨਾ ਨਿਕਲੇ ਜੇਕਰ ਕੋਈ ਇੱਦਾਂ ਕਰਦਾ ਹੈ ਤਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਸਰ 9 ਵਜੇ ਤੋਂ 5 ਵਜੇ ਤੱਕ ਜਿਹੜਾ ਕਰਫਿਊ ਲਾਇਆ 9 ਵਜੇ ਤੋਂ ਬਾਅਦ ਜੇ ਕੋਈ ਦੁਕਾਨ ਨਹੀਂ ਬੰਦ ਕਰਦਾ ਉਹਦੇ ਬਾਰੇ ਜੇਕਰ ਕੋਈ ਦੁਕਾਨ ਨਹੀਂ ਬੰਦ ਕਰਦਾ ਕਿਉਂਕਿ ਕੱਲ੍ਹ ਰਾਤ ਅਸੀਂ ਸਾਰਿਆਂ ਨੂੰ ਕਰ ਦਿੱਤਾ ਅੱਜ ਵੀ ਅਨਾਊਂਸਮੈਂਟ ਕਰਾਂਗੇ ਜੇਕਰ ਫਿਰ ਵੀ ਕੋਈ ਇੱਦਾਂ ਕਰਦਾ ਤਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੋ ਇਹ ਸੀ ਸਾਡੇ ਨਾਲ SHO ਜਤਿੰਦਰ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਕੋਈ ਦੁਕਾਨ ਬੰਦ 9 ਵਜੇ ਤੋਂ ਬਾਅਦ ਨਹੀਂ ਕਰੇਗਾ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਚਾਹੇ ਦੁਕਾਨ ਨਾ ਖੋਲਦਾ ਹੋਵੇ ਜਾਂ ਮਾਸਕ ਨਾ ਪਹਿਨਦਾ ਹੋਵੇ ਉਹਨਾਂ ਦੋਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਾਸਕ ਪਿੱਛੇ ਵੰਡੇ ਜਾ ਰਹੇ ਨੇ ਸ਼ਹਿਰ ਨਿਵਾਸੀਆਂ ਨੂੰ ਨਕੋਦਰ ਨਿਵਾਸੀਆਂ ਨੂੰ ਬੇਨਤੀ ਹੈ ਏਕਤਾ ਲਹਿਰ ਚੈਨਲ ਵੱਲੋਂ ਵੀ ਮਾਸਕ ਪਹਿਨ ਕੇ ਚੱਲੋ ਸਮਾਜਿਕ ਦੂਰੀ ਬਣਾ ਕੇ ਰੱਖੋ ਕਰੋਨਾ ਦੇ ਕੇਸ ਜਿਹੜੇ ਆ ਦਿਨੋ ਦਿਨ ਹੋਰ ਵੱਧ ਰਹੇ ਨੇ ਆਪਣਾ ਵਿਚਾਰ ਰੱਖੋ ਆਪਣੇ ਘਰ ਬਾਰ ਦਾ ਵਿਚਾਰ ਰੱਖੋ ਆਪਣੇ ਸਾਥੀਆਂ ਦਾ ਵਿਚਾਰ ਰੱਖੋ ਕੈਮਰਾਮੈਨ ਸੁਮਿਤ ਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ